सचखंड श्री दरबार साहब के अटैक तो बाद 1984 31 अक्तूबर 1, 2, 3 नवंबर सिख कतलेआम नजायज़ निहक्के निहत्थे लोगों के कतल किए गए, टैर पा पा साड़ दिते गए, धी नू बेपत किया बाप के सामने, भरा के सामने भैन नू बेपत किया, ते सिख दे सामने उहदी घरवाली दी पत रोली गई। एक घटनाक्रम दिल्ली कानपुर ते होर थावां ते पूरा नंगा नाच होया कि साढ़े किते ना किते कौम बड़ी गूढ़ी नींद च सुती है, ते दूजे बन्ने ओह पीजियां दे लंगर च मशरूफ है, अजे कदों उत्थों निकलदी है ते की करना है, ओह बाद दीआं गल्लां। मैं समुचे सिख जगत नूं अपील करदा हां, इन्हां बच्चियां दा साथ दिओ ਤਾਂ ਕਿ 1984 'ਚ ਜਿਹੜੇ ਨਜਾਇਜ਼ ਮਾਰ ਦਿੱਤੇ ਗਏ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਇਹਨਾਂ ਘਟਨਾਵਾਂ ਤੋਂ ਸਿੱਖਣਾ, ਘਾਟਾਂ ਨੂੰ ਪੂਰੇ ਕਰਨਾ, ਪੁਖਤਾ ਪ੍ਰਬੰਧ ਕਰਨੇ ਆਉਣ ਵਾਲੀ ਨਸਲ ਖੁਸ਼ੀ ਤੋਂ ਬਚਾ ਸਕਦੇ ਨੇ, ਵਰਨਾ ਵੱਡੇ ਹਾਦਸਿਆਂ ਦਾ ਅਸੀਂ ਸ਼ਿਕਾਰ ਹੋਵਾਂਗੇ, ਨਾ ਸੁਧਰੇ। ਦੂਸਰੀ ਗੱਲ ਮੈਂ ਭਾਰਤ ਸਰਕਾਰ ਨੂੰ ਵੀ ਕਹਿਣੀ ਚਾਹਾਂਗਾ ਕਿ ਭਾਰਤ ਸਰਕਾਰ ਅੱਜ ਮੋਦੀ ਸਰਕਾਰ ਹੈ। ਉੱਥੇ ਮੋਦੀ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਅਸੀਂ ਸਿੱਖਾਂ ਦੇ ਬਹੁਤ ਹਮਾਇਤੀ ਹਾਂ, ਹਤੈਸ਼ੀ ਹਾਂ, ਅਸੀਂ ਸਿੱਖਾਂ ਦੀ ਹਰ ਗੱਲ ਨੂੰ ਧਿਆਨ 'ਚ ਰੱਖਾਂਗੇ। 1984 ਦਾ ਕਤਲੇਆਮ ਇੰਦਰਾ ਗਾਂਧੀ ਨੇ ਕੀਤਾ, ਅਸੀਂ ਨਹੀਂ ਕੀਤਾ। ਜੇ ਉਹਨੇ ਕੀਤਾ ਸੀ, ਤੁਸੀਂ ਨਹੀਂ ਕੀਤਾ, ਤਾਂ ਫਿਰ ਤੁਸੀਂ ਦੱਸ ਦਿਓ ਕਿ ਆ ਤੀਸਰੀ ਵਾਰੀ ਤੁਹਾਡੀ ਸਰਕਾਰ ਬਣੀ, ਕਿੰਨੀ ਵਾਰੀ ਤੁਸੀਂ ਲੋਕ ਸਭਾ ਦੇ ਵਿੱਚ 1984 ਦਾ ਬਿੱਲ ਲਿਆਂਦਾ, ਕਿੰਨੀ ਵਾਰੀ ਮਣੀਪੁਰ ਦੀ ਘਟਨਾ ਵਾਪਰਦੀ ਤੁਸੀਂ ਨਿੰਦਿਆ ਕਰਦੇ ਹੋ, ਕਿਤੇ ਕਲਕੱਤੇ 'ਚ ਘਟਨਾ ਵਾਪਰਦੀ ਕਿਸੇ ਧੀ ਨੂੰ ਬੇਪਤ ਕਰਕੇ ਕਤਲ ਕੀਤਾ ਜਾਂਦਾ ਹੈ, ਤੁਸੀਂ ਨਿੰਦਿਆ ਕਰਦੇ ਹੋ। 31 ਅਕਤੂਬਰ 1, 2, 3 ਨਵੰਬਰ ਨੂੰ ਸਿੱਖਾਂ ਦੀਆਂ ਧੀਆਂ ਬੇਪਤ ਕੀਤੀਆਂ ਨੇ, ਕਤਲ ਕੀਤੇ ਨੇ, ਅੱਗਾਂ ਲੱਗੀਆਂ ਨੇ, ਗੁਰੂ ਗ੍ਰੰਥ ਸਾਹਿਬ ਤੱਕ ਸਾੜ ਦਿੱਤੇ ਗਏ, ਜਿਹਦਾ ਅਜੇ ਤੱਕ ਕੋਈ ਇਨਸਾਫ ਨਹੀਂ। ਇਸ ਦੀਵਾਲੀ 'ਤੇ ਚੇਤਾ ਰੱਖਿਓ, ਤੁਹਾਡਾ ਦੁਆਲਾ ਕੱਢਿਆ ਗਿਆ ਸੀ, ਨਸਲ ਖੁਸ਼ੀ ਸੀ। ਇਹਨਾਂ ਦੇ ਇਸ ਮਾਰਚ ਤੋਂ ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਉਸ ਦਿਨ ਦੀਪਮਾਲਾ ਦੀ ਜਗ੍ਹਾ ਉਹਨਾਂ ਦੀ ਯਾਦ ਵਿੱਚ ਦੀਵੇ ਜ਼ਰੂਰ ਜਗਾ ਲਿਓ, ਪਰ ਉੱਥੇ ਖੁਸ਼ੀਆਂ ਮਨਾਉਣ ਦੀ ਬਜਾਏ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਿਓ, ਸਤਿਗੁਰੂ ਸਾਨੂੰ ਸਮਤ ਬਖਸ਼ਣ, ਅਸੀਂ ਇਹਨਾਂ ਘਟਨਾਵਾਂ ਤੋਂ ਸਿੱਖੀਏ, ਘਾਟਾਂ ਨੂੰ ਪੂਰੇ ਕਰੀਏ, ਆਉਣ ਵਾਲੀਆਂ ਪੁਸ਼ਤਾਂ ਦੀ ਨਸਲ ਖੁਸ਼ੀ ਨੂੰ ਰੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਨੂੰ ਗੁਰੂ ਘਰ ਦਾ ਕੀਰਤਨੀਆ ਹੋਣ ਨਾਤੇ, ਸਿੱਖ ਸਦਭਾਵਨਾ ਦਲ ਦਾ ਸੇਵਾਦਾਰ ਹੋਣ ਨਾਤੇ, ਸ਼ੇਰੇ ਪੰਜਾਬ ਦਲ ਦਾ ਮੁੱਖ ਸੇਵਾਦਾਰ ਹੋਣ ਨਾਤੇ ਅੱਜ ਇੱਕ ਬੇਨਤੀ ਕਰਨ ਲੱਗਿਆ ਹਾਂ। ਅਮੈਰੀਕਾ ਦੀ ਧਰਤੀ 'ਤੇ ਹਾਂ, ਇਹ ਨੌਜਵਾਨ ਵੀਰ ਬੱਚੇ ਜਿਹੜੇ ਸੰਗਤ ਜੀ, ਪੰਥ ਜੀ, ਪੰਜਾਬ ਵਾਸੀ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੁਨੀਆ ਭਰ ਵਿੱਚ ਵਸਣ ਵਾਲੀਆਂ, ਤੁਸੀਂ ਲਾਈਵ ਸਾਨੂੰ ਵੇਖ ਰਹੇ ਹੋ, ਇਹਨਾਂ ਦਾ ਅੱਜ ਜਿਹੜੀ ਇਹ ਪੈਦਲ ਯਾਤਰਾ ਆ, ਇਹ ਸੈਕਰਾਮੈਂਟੋ ਤੋਂ ਸ਼ੁਰੂ ਹੋਏ, ਬੇਕਰਸਫੀਲਡ ਤੋਂ ਸ਼ੁਰੂ ਹੋਏ ਆ, ਇਹਨਾਂ ਨੇ ਸੈਕਰਾਮੈਂਟੋ ਤੱਕ ਪੈਦਲ ਜਾਣਾ ਹੈ। 350 ਮੀਲ ਭਾਵ 600 ਕਿਲੋਮੀਟਰ ਦੇ ਕਰੀਬ ਇਹ ਬੱਚੇ ਪੈਦਲ ਚੱਲ ਕੇ ਜਾ ਰਹੇ, ਜਿਹਦਾ ਮੁੱਖ ਮਕਸਦ ਕਿ ਭਾਰਤ ਦੀ ਧਰਤੀ ਦੇ ਉੱਤੇ, ਜਾਂ ਇਹ ਕਹਿ ਲਈਏ ਕਿ ਸਾਡੇ ਹੀ ਦੇਸ਼ ਵਿੱਚ, ਸਾਡੇ ਹੀ ਉੱਤੇ 1984 ਦਾ ਘੱਲੂ ਘਾਰਾ ਵਾਪਰਦਾ, ਔਰ ਉਹ ਇੱਕ ਬੜੀ ਵੱਡੀ ਅਕਿਰਤ ਘਣਤਾ ਦੀ ਇੱਕ ਦੁਨੀਆ ਭਰ 'ਚ ਉਹ ਮਿਸਾਲ ਬਣ ਗਈ, ਅਤੇ ਭਾਰਤ ਦੇ ਨਾਂ 'ਤੇ ਇੱਕ ਮੂੰਹ 'ਤੇ ਕਾਲਾ ਧੱਬਾ ਲੱਗ ਗਿਆ ਜਿਹੜਾ ਕਦੇ ਨਾ ਧੁੱਪ ਸਕਦਾ ਹੈ ਅਤੇ ਨਾ ਕਦੇ ਲੱਥ ਸਕਦਾ ਹੈ। ਇਹ ਹੁਣ ਉੱਥੋਂ ਦੀਆਂ ਸਰਕਾਰਾਂ, ਉੱਥੋਂ ਦੇ ਸੰਵਿਧਾਨ ਕਾਨੂੰਨ ਸੋਚਣ ਉਹਨੂੰ ਕਿਵੇਂ ਸਾਫ਼ ਕੀਤਾ ਜਾਣਾ ਹੈ। ਕਾਰਨ, ਸੱਚਖੰਡ ਸ੍ਰੀ ਦਰਬਾਰ ਸਾਹਿਬ 'ਤੇ ਅਟੈਕ ਤੋਂ ਬਾਅਦ 1984 31 ਅਕਤੂਬਰ 1, 2, 3 ਨਵੰਬਰ ਸਿੱਖ ਕਤਲੇਆਮ ਨਜਾਇਜ਼ ਨਿਹੱਕੇ ਨਿਹੱਥੇ ਲੋਕਾਂ ਦੇ ਕਤਲ ਕੀਤੇ ਗਏ, ਟੈਰ ਪਾ ਪਾ ਸਾੜ ਦਿੱਤੇ ਗਏ, ਧੀ ਨੂੰ ਬੇਪਤ ਕੀਤਾ ਬਾਪ ਦੇ ਸਾਹਮਣੇ, ਭਰਾ ਦੇ ਸਾਹਮਣੇ ਭੈਣ ਨੂੰ ਬੇਪਤ ਕੀਤਾ,
ते सिख दे सामने उहदी घरवाली दी पत रोली गई। एक घटना क्रम दिल्ली कानपुर ते होर थावां ते पूरा नंगा नाच होया। उन्हां दे सिख कतलेआम दे नसल कुशी जिहड़ी सिखां दी होई उहदा इनसाफ तां की मिलना सी। अज तीकर उत्थे कोई हा दा नारा मारन वाला भी नसीब नहीं होया जिहड़ा सिखां दे इस अले जख्म ते उत्ते कोई मलम लाउण दी गल करदा। इन्हां नौजवान बच्चियां ने वीरां ने उपराला कीता कि असीं हा दा नारा मारन चले। ओ नवाब बन के चले ने जिहड़े कदे मलेरकोटले वर्गियां ने भी आखिया सी ये मनुखी अधिकारां दा कतल है और उन्हां मनुखी अधिकारां दी खातर कदे साडे ओ महान खालड़ा जी वर्गे भाई जसवंत सिंह जी खालड़ा 25,000 बेगुनाह सिख जिन्हां ते नजायज मुकदमे दर्ज करके अणमनुखी तशद्दद कीते गए और उन्हां नूं अखीरी शहीद कर दिता गया, मौत दे घाट उतार दिता गया। सूची तां 2.5 लाख दी है। अजे सिख ने 25,000 ही सामने लियांदा सी, उस सिख दा भी कतल करवा दिता जांदा। साडे लई शहीद है पर उत्थे सिखां दा कतल होया जिहदी अज तक सानूं कोई इनसाफ नहीं मिलिया। ये नौजवान बच्चे इनसाफ दी खातर ये पैदल यात्रा लैके चल रहे हैं। सानू इत्थे आ के पता चलिया ये बच्चे जयकारा जयकारा मूवमेंट इनसाफ मार्च जिहड़ा कि निरभउ इनसाफ मार्च दे रूप में पैदल चल रहा। चाहिदा सी साडे इत्थों दीआं सिख संगतां नूं वड्डे पद्धर ते इन्हां बच्चियां दा सहयोग करना, पर अफसोस कि साडे किते ना किते कौम बड़ी गूढ़ी नींद च सुती है ते दूजे बन्ने ओह पीजियां दे लंगर च मशरूफ है। अजे कदों उत्थों निकलदी है ते की करना ओह बाद दीआं गल्लां। मैं समुचे सिख जगत नूं अपील करदा हां इन्हां बच्चियां दा साथ दिओ तां कि 1984 च जिहड़े नजायज मार दित्ते गए ने उन्हां दी आत्मा नूं शांति मिले। इन्हां घटनावां तों सिखणा घाटां नूं पूरे करना पुख्ता प्रबंध करने आउण वाली नसल कुशी तों बचा सकदे ने, वरना वड्डे हादसियां दा असीं शिकार होवांगे ना सुधरे। दूजा मैं इन्हां बच्चियां नूं वधाई देनी चाहुंदा, इन्हां नौजवानां नूं तुसीं वधाई दे पात्र इस गल्लों जिन्हां ने इनसाफ दा झंडा चक के ए पैदल यात्रा अमरीका वर्गे देशां च इन्ने लम्मे सफर तुसीं मिथ के चले हो गुरु की बख्शिश दे नाल। ते मैं तुहाडे लई अरदास करदा हां सतगुरु तुहानू सफलता बख्शे, तुहानू आत्मक बल देवे। भाई मरदाना ते गुरु नानक साहब जदों चले सी पैदल ही मार्च सन, अड्डियां भी पाटियां सन, किते राशन नहीं किते रहण नूं टिकाणा नहीं, जंगल वेले सन। उस बाबे दे वारसो तकड़े हो के चलियो, तुसी कल्ले नहीं, तुहाडे नाल गुरु खड़ा है, तुहाडे नाल परमेश्वर खड़ा है। और तुहाडी ये जिहड़ी आवाज़ है ये दुनिया भर के कोने कोने विच जरूर गूंजेगी कि सानू इनसाफ नहीं मिलिया, सानू मिलना चाहिदा है। दूसरी गल मैं भारत सरकार नूं भी कहनी चाहवांगा कि भारत सरकार अज मोदी सरकार है, उत्थे मोदी सरकार वल्लों कहा जांदा है असी सिखां दे बहुत हमैती हाँ हतैशी हाँ, असी सिखां दी हर गल नूं ध्यान च रखांगे। 1984 दा कतलेआम इंदिरा गांधी ने कीता असी नहीं कीता, जे उन्हें कीता सी तुसी नहीं कीता ते फिर तुसी दस दिओ कि आ तीसरी वरी तुहाडी सरकार बनी, किन्नी वरी तुसी लोक सभा दे विच 1984 दा बिल लियांदा, किन्नी वरी उहदे ते चर्चा कीती, किन्ने दोषी सी, किन्ने बचे ते किन्ने मर गए ते किन्नियां नूं तुसी सजावां दित्तियां ने, किन्ने क वक्खरे कमिशन बने, किन्नियां क अदालतां नूं टाइम बाउंड करके तुसी उहदा खुलासा कीता है, ये तुसी दस दिओ। जे नहीं कीता ते किते ना किते प्रश्न चिन्ह तुहाडे ते भी लगदा है भी हाँ च हाँ मिलदी नज़र आउंदी, जे नहीं ते फिर इनसाफ मोर्चा ये जिहड़ी गल इनसाफ दी पैदल यात्रा दे रूप विच वीर जयकारा मूवमेंट वल्लों कर रहे ने, ते भारत सरकार अमरीका तो पहला इन्हां दी गल सुने
कि असी इत्थे मता लियाउने आ, असी वखरा कमिशन बिठाउने आ, असी दोषी नंगे करदे आ, असी सिख परिवारां नाल होए धक्के दी निंदा करदे आ, असी उन्हां दे वसेबे लई जतन करदे आ, असी अगे लई मते पास कानून उहदे लई सख्त बनाउने आ कि जान माल इज्जत नूं किवें तुसी बहाल रखदे हो, इह रखांगे तां मन्निया जा सकदा है। ते जे ऐसा नहीं ते फिर कहना पवेगा कि किते ना किते कातल मकतूल दी आपस विच हां सी, जिहदे करके सरबत दा भला मंगण वाले ਉਹ ਗੁਰੂ ਸਾਹਿਬਾਂ ਦੇ ਵਾਰਸ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਅਤੇ ਉਹਨਾਂ ਦੀ ਨਸਲ ਕੁਸ਼ੀ ਕੀਤੀ ਗਈ, ਜਿਹੜੀ ਕਿ ਭਾਰਤ ਦੇਸ਼ ਦੇ ਨਾਂ 'ਤੇ ਇੱਕ ਬੜਾ ਵੱਡਾ ਉਹਦੇ ਮੂੰਹ 'ਤੇ ਕਲੰਕ ਹੈ, ਧੱਬਾ ਹੈ, ਉਹਨੇ ਕਿਵੇਂ ਧੋਣਾ ਹੈ ਇਹ ਉਹ ਸੋਚੇ। ਸਿੱਖਾਂ ਨੇ ਇਹਨਾਂ ਬੱਚਿਆਂ ਦਾ ਸਾਥ ਕਿਵੇਂ ਦੇਣਾ ਹੈ? ਅਮਰੀਕਾ 'ਚ ਰਹਿ ਕੇ ਲੱਖਾਂ ਡਾਲਰ ਤੁਸੀਂ ਖਰਚ ਦਿੰਦੇ ਹੋ ਵੱਡੇ ਵੱਡੇ ਉੱਥੇ ਲੰਗਰਾਂ ਦੇ ਉੱਤੇ ਅਤੇ ਹੋਰ ਪਾਸੇ, ਅਤੇ ਜਿੰਨਾ ਪੈਸਾ ਤੁਸੀਂ ਵਾਧੂ ਫਾਲਤੂ ਲੰਗਰਾਂ ਜਾਂ ਵਿਖਾਵੇ 'ਤੇ ਲਾ ਰਹੇ ਹੋ, ਤੁਹਾਨੂੰ ਆਪਣੇ ਪ੍ਰਚਾਰ ਪ੍ਰਸਾਰ 'ਤੇ ਲਾਉਣ ਦੀ ਲੋੜ ਹੈ। ਅਤੇ ਮੈਂ ਇਹ ਵੀ ਇੱਕ ਵਾਰ ਬੇਨਤੀ ਕਰਦਾ, ਇਹਨਾਂ ਨੇ ਸਿੱਖ ਕਤਲੇਆਮ ਦੀ ਗੱਲ ਰੱਖੀ 1984 ਦੀ, ਹੁਣ ਇਸ ਵਾਰੀ ਦੀਵਾਲੀ ਮੇਰੇ ਖਿਆਲ 1 ਨਵੰਬਰ ਦੀ ਉੱਥੇ ਮਨਾ ਰਿਹਾ, ਅਤੇ ਮੈਂ ਬੇਨਤੀ ਕਰਾਂਗਾ ਸਿੱਖ ਜਗਤ ਨੂੰ, ਹਿੰਦੁਸਤਾਨ ਦੀਵਾਲੀ ਮਨਾਉਂਦਾ ਮਨਾਈ ਜਾਵੇ, ਪਰ ਸਿੱਖੋ ਤੁਸੀਂ ਤਾਂ ਇਸ ਦਿਨ 'ਤੇ ਦੀਵਾਲਾ ਦਿਵਸ ਮਨਾਓ, ਕਾਲਾ ਦਿਵਸ ਮਨਾਓ। ਅਤੇ ਜੇ ਸੱਚਖੰਡ ਦਰਬਾਰ ਸਾਹਿਬ ਉੱਦਣ ਵੀ ਆਤਿਸ਼ਬਾਜ਼ੀ ਹੁੰਦੀ ਹੈ, ਉੱਥੇ ਦੀ ਸ਼੍ਰੋਮਣੀ ਕਮੇਟੀ ਆਤਿਸ਼ਬਾਜ਼ੀ ਕਰਦੀ ਹੈ, ਅਤੇ ਫਿਰ ਬਹੁਤ ਹੀ ਮਾੜੀ ਗੱਲ ਹੋਊ ਕਿ ਅੱਜ ਦੇ ਇਹਨਾਂ ਦਿਨਾਂ 'ਚ ਤਾਂ ਸਾਨੂੰ ਉਹਨਾਂ ਨੂੰ ਯਾਦ ਕਰਨ ਦੀ ਜ਼ਰੂਰਤ ਹੈ। ਕਿਤੇ ਮਣੀਪੁਰ ਦੀ ਘਟਨਾ ਵਾਪਰਦੀ ਤੁਸੀਂ ਨਿੰਦਿਆ ਕਰਦੇ ਹੋ, ਕਿਤੇ ਕਲਕੱਤੇ 'ਚ ਘਟਨਾ ਵਾਪਰਦੀ ਕਿਸੇ ਧੀ ਨੂੰ ਬੇਪੱਤ ਕਰਕੇ ਕਤਲ ਕੀਤਾ ਜਾਂਦਾ ਹੈ, ਤੁਸੀਂ ਨਿੰਦਿਆ ਕਰਦੇ ਹੋ। 31 ਅਕਤੂਬਰ, 1, 2, 3 ਨਵੰਬਰ ਨੂੰ ਸਿੱਖਾਂ ਦੀਆਂ ਧੀਆਂ ਬੇਪੱਤ ਕੀਤੀਆਂ ਨੇ, ਕਤਲ ਕੀਤੇ ਨੇ, ਅੱਗਾਂ ਲੱਗੀਆਂ ਨੇ, ਗੁਰੂ ਗ੍ਰੰਥ ਸਾਹਿਬ ਤੱਕ ਸਾੜ ਦਿੱਤੇ ਗਏ, ਜਿਹਦਾ ਅਜੇ ਤੱਕ ਕੋਈ ਇਨਸਾਫ ਨਹੀਂ। ਇਸ ਦੀਵਾਲੀ 'ਤੇ ਚੇਤਾ ਰੱਖਿਓ, ਤੁਹਾਡਾ ਦੀਵਾਲਾ ਕੱਢਿਆ ਗਿਆ ਸੀ, ਨਸਲ ਕੁਸ਼ੀ ਸੀ ਇਹਨਾਂ ਦੇ। ਇਸ ਮਾਰਚ ਤੋਂ ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਉਸ ਦਿਨ ਦੀਪਮਾਲਾ ਦੀ ਜਗ੍ਹਾ ਉਹਨਾਂ ਦੀ ਯਾਦ ਵਿੱਚ ਦੀਵੇ ਜ਼ਰੂਰ ਜਗਾ ਲਿਓ, ਪਰ ਉੱਥੇ ਖੁਸ਼ੀਆਂ ਮਨਾਉਣ ਦੀ ਬਜਾਏ ਸੁਖਮਨੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰਿਓ, ਸਤਿਗੁਰੂ ਸਾਨੂੰ ਸਮਤ ਬਖਸ਼ਣ, ਅਸੀਂ ਇਹਨਾਂ ਘਟਨਾਵਾਂ ਤੋਂ ਸਿੱਖੀਏ, ਘਾਟਾਂ ਨੂੰ ਪੂਰੇ ਕਰੀਏ, ਆਉਣ ਵਾਲੀਆਂ ਪੁਸ਼ਤਾਂ ਦੀ ਨਸਲ ਖੁਸ਼ੀ ਨੂੰ ਰੋਕੀਏ। ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ। ਇਹ ਅਮਰੀਕਾ ਦੀਆਂ ਉਹ ਸੜਕਾਂ ਨੇ, 600 ਕਿਲੋਮੀਟਰ ਦਾ ਤਕਰੀਬਨ ਫਾਸਲਾ ਇਹਨਾਂ ਬੱਚਿਆਂ ਨੇ ਪੈਦਲ, ਕਦੇ 5,000 ਵੀ ਹੁੰਦੇ ਨੇ, ਕਦੇ 500 ਵੀ ਹੁੰਦੇ ਨੇ, ਕਦੇ ਆ 5 ਕੀ ਰਹਿ ਜਾਂਦੇ ਨੇ, ਪਰ ਮੁਬਾਰਕਬਾਦ। ਕਹਿੰਦੇ ਬਾਬਾ ਤੇਰਾ ਝੰਡਾ ਚੱਕ ਕੇ ਚੱਲਿਆ ਹੈ, ਕਹਿੰਦੇ ਕਿੰਨਾ ਕੁ ਚਿਰ ਚੱਲੇਗਾ, ਕਹਿੰਦਾ ਜਿੰਨਾ ਚਿਰ ਸਰੀਰ 'ਚ ਸਵਾਸ ਨੇ ਇਹ ਝੰਡਾ ਚੱਕ ਕੇ ਰੱਖੂੰ, ਕਹਿੰਦੇ ਜਿੱਦਣ ਮੁੱਕ ਗਏ ਫਿਰ ਜਿਹਦਾ ਝੰਡਾ ਹੈ ਉਹ ਜਾਣੇ, ਕਿਉਂਕਿ ਜਿੰਨਾ ਚਿਰ ਸਵਾਸ ਨੇ ਉਹਨਾਂ ਚਿਰ ਮੈਂ ਇਹਨਾਂ ਨਿਸ਼ਾਨਾਂ ਨੂੰ ਸਲਾਮ ਕਰਦਾ ਹੈ, ਇਹਨਾਂ ਨਿਸ਼ਾਨਾਂ ਨੂੰ ਉੱਚਾ ਰੱਖਦਾ ਹੈ, ਕਿਉਂਕਿ ਇਹਨਾਂ ਨਿਸ਼ਾਨਾਂ ਦੇ ਥੱਲੇ ਬਹਿ ਕੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ, ਸਰਬੱਤ ਦਾ ਭਲਾ ਮੰਗਣ ਦੇ ਨਾਲ ਨਾਲ ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨਵੋ ਦਾ ਪਾਠ ਪੜ੍ਹਾਇਆ ਗਿਆ, ਇਹਨਾਂ ਨਿਸ਼ਾਨਾਂ ਦੇ ਥੱਲੇ ਪ੍ਰਣ ਕੀਤੇ ਗਏ, ਜ਼ੁਲਮ ਲਈ ਵੰਗਾਰ, ਜ਼ਾਲਮ ਲਈ ਤਲਵਾਰ, ਮਜ਼ਲੂਮਾਂ ਲਈ ਹੱਕ, ਸੱਚ ਦੇ ਪਹਿਰੇਦਾਰ। ਇਹ ਮਨੁੱਖੀ ਅਧਿਕਾਰਾਂ ਦੀ ਗੱਲ ਹੈ, ਅਤੇ ਮਨੁੱਖੀ ਘਾਣ ਜਿਹੜਾ ਹੋਇਆ ਹੈ ਉਹਦੀ ਇਨਸਾਫ ਵਾਸਤੇ ਇਹ ਪੈਦਲ ਯਾਤਰਾ ਹੈ। ਆਓ ਇਹਨਾਂ ਸਾਰੇ ਵੀਰਾਂ ਦੀ ਹੌਸਲਾ ਅਫਜਾਈ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਤਿ ਨਾਮ ਵਾਹਿਗੁਰੂ, ਸਤਿ ਨਾਮ।